10th class to apa ki kar rahe hain coordinate geometry jinu si punjabi ch kehnde nirdesh ank te jamaiti theek hai nas ya pass te di taiyari waste jehda paper available hai tode kole educare app de vich ode vichon assi sirf te sirf toda jehda unit 7th hai coordinate geometry nirdesh ank te jamaiti ode questions nu dekhange theek hai ji to aao jehda question number 1st hai ਕਹਿੰਦਾ ਪਿਆ ਜੇ ਏ ਜਿਹੜੇ ਨਿਰਦੇਸ਼ ਅੰਕ ਦਿੱਤੇ ਹੋਏ ਤੁਹਾਨੂੰ ਮਾਈਨਸ 5 ਤੇ 7 ਬੀ ਮਾਈਨਸ 4 ਕੋਮਾ ਮਾਈਨਸ 5 ਸੀ ਮਾਈਨਸ 1 ਤੇ ਮਾਈਨਸ 6 ਡੀ 4 ਕੋਮਾ 5 ਇੱਕ ਚਤੁਰਭੁਜ ਦੇ ਸਿਖਰ ਹਨ ਤਾਂ ਚਤੁਰਭੁਜ ਏ ਬੀ ਸੀ ਡੀ ਦਾ ਕੀ ਪਤਾ ਕਰਨਾ ਤੁਸੀਂ ਖੇਤਰਫਲ ਪਤਾ ਕਰਨਾ ਠੀਕ ਹੈ ਤੋ ਤੁਹਾਡੇ ਕੋਲੇ ਕੀ ਹੈ ਤੁਸੀਂ ਆਪਣੇ ਕੋਲੇ ਇੱਕ ਫਟਾਫਟ ਏ ਬੀ ਸੀ ਡੀ ਬਣਾ ਲਈ ਚਤੁਰਭੁਜ ਠੀਕ ਹੈ ਹੁਣ ਦੇਖੋ ਧਿਆਨ ਦੇਣਾ ਤੁਹਾਨੂੰ ਪਤਾ ਹੈ ਨਿਰਦੇਸ਼ ਅੰਕ ਵਾਲਾ ਚੈਪਟਰ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਕੀਤਾ ਹੋਇਆ ਤੁਹਾਨੂੰ ਪਤਾ ਹੈ ਕਿ ਇੱਕ ਚਤੁਰਭੁਜ ਦਾ ਖੇਤਰਫਲ ਨਿਰਦੇਸ਼ ਅੰਕ ਜਾਂ ਕੋਆਰਡੀਨੇਟ ਜਿਓਮੈਟਰੀ ਦੇ ਵਿੱਚ ਫਾਈਂਡ ਕਰਨ ਦਾ ਇੱਕੋ ਹੀ ਤਰੀਕਾ ਕੀ ਕਰੋ ਚਤੁਰਭੁਜ ਨੂੰ ਦੋ ਭਾਗਾਂ 'ਚ ਵੰਡ ਲਓ ਕਿੱਦਾਂ ਵੰਡ ਲਓ ਉਹਦਾ ਇੱਕ ਵਿਕਰਨ ਮਿਲਾ ਦਿਓ ਠੀਕ ਹੈ ਇੱਕ ਡਾਇਗਨਲ ਨੂੰ ਜੁਆਇਨ ਕਰ ਦਿਓ ਕਰਤਾ ਜਦੋਂ ਤੁਸੀਂ ਡਾਇਗਨਲ ਜਾਂ ਵਿਕਰਨ ਨੂੰ ਜੁਆਇਨ ਕਰਦੇ ਆ ਤਾਂ ਤੁਹਾਡੇ ਕੋਲ ਜਿਹੜੀ ਚਤੁਰਭੁਜ ਹੈ ਉਹ ਦੋ ਟ੍ਰਾਇੰਗਲਸ ਟੁੱਟ ਜਾਂਦੀ ਹੈ ਠੀਕ ਹੈ ਜੀ ਤਾਂ ਤੁਸੀਂ ਟ੍ਰਾਇੰਗਲ ਨੰਬਰ 1 ਅਤੇ ਟ੍ਰਾਇੰਗਲ ਨੰਬਰ 2 ਦਾ ਅਲੱਗ ਅਲੱਗ ਏਰੀਆ ਫਾਈਂਡ ਕਰ ਲਓ ਹੁਣ ਤੁਹਾਨੂੰ ਟ੍ਰਾਇੰਗਲ ਦਾ ਏਰੀਆ ਵੀ ਫਾਈਂਡ ਕਰਨਾ ਆਉਂਦਾ ਕਿੱਦਾਂ ਕੱਢਦੇ ਆ ਟ੍ਰਾਇੰਗਲ ਦਾ ਏਰੀਆ ਤੁਹਾਨੂੰ ਯਾਦ ਹੈ ਅਸੀਂ ਕੀਤਾ ਹੋਇਆ 1/2 ਹੈ ਨਾ ਬਹੁਤ ਸੌਖਾ ਸੀ 1, 2, 3 ਵਾਲੀ ਗਿਣਤੀ ਹੈ ਨਾ ਤੋ ਤੁਹਾਡੇ ਕੋਲ ਕੀ ਆ ਜਾਂਦਾ x1 ਫਿਰ ਬ੍ਰੈਕਟ ਦੇ ਵਿੱਚ ਤੁਸੀਂ ਕੀ ਲਿਖਦੇ ਹੋ y2 ਮਾਈਨਸ y3 ਫਿਰ ਉਸ ਤੋਂ ਬਾਅਦ ਫਿਰ ਪਲੱਸ ਪਾਉਂਦੇ ਹੋ ਫਿਰ ਲਿਖਦੇ ਹੋ x2 ਫਿਰ ਬ੍ਰੈਕਟ 'ਚ ਕੀ ਲਿਖਦੇ ਹੋ y3 ਮਾਈਨਸ y1 ਫਿਰ ਪਲੱਸ ਕੀ ਲਿਖਦੇ ਆ x3 ਬ੍ਰੈਕਟ 'ਚ ਕੀ ਲਿਖਦੇ ਆ y1 ਮਾਈਨਸ y2 ਤੋ ਤੁਹਾਡੇ ਕੋਲ ਇਹ ਸਾਰਾ ਫਾਰਮੂਲਾ ਇਸ ਫਾਰਮੂਲੇ ਦੇ ਵਿੱਚ ਪਹਿਲਾਂ ਏ ਬੀ ਸੀ ਟ੍ਰਾਇੰਗਲ ਦਾ ਏਰੀਆ ਫਾਈਂਡ ਕਰ ਲਓ ਠੀਕ ਹੈ ਏ ਦੇ ਕੋਆਰਡੀਨੇਟ ਨੂੰ x1 y1 ਬੀ ਦੇ ਕੋਆਰਡੀਨੇਟ ਨੂੰ x2 y2 ਸੀ ਦੇ ਕੋਆਰਡੀਨੇਟ ਨੂੰ x3 y3 ਹੁਣ ਕੋਆਰਡੀਨੇਟ ਨੂੰ ਮੈਨੂੰ ਪਤਾ ਕਿ ਮੇਰੇ ਸਾਰੇ ਬੱਚਿਆਂ ਨੂੰ ਪਤਾ ਕਿ ਕੋਆਰਡੀਨੇਟ ਜਾਂ ਜਿਹਨੂੰ ਪੰਜਾਬੀ ਦੇ ਵਿੱਚ ਨਿਰਦੇਸ਼ ਅੰਕ ਕਹਿੰਦੇ ਆ ਇੰਗਲਿਸ਼ ਪੰਜਾਬੀ ਦੋਨਾਂ ਮੀਡੀਅਮ ਵਾਲਿਆਂ ਨੂੰ ਪਤਾ ਪੰਜਾਬੀ ਵਾਲਿਆਂ ਨੂੰ ਇਹ ਪਤਾ ਹੈ ਕਿ ਹਾਂਜੀ ਜੀ ਇਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਕੋਆਰਡੀਨੇਟ ਅਤੇ ਇੰਗਲਿਸ਼ ਵਾਲਿਆਂ ਨੂੰ ਵੀ ਇਹ ਪਤਾ ਕਿ ਇਹਨਾਂ ਨੂੰ ਨਿਰਦੇਸ਼ ਅੰਕ ਕਹਿੰਦੇ ਆ ਠੀਕ ਹੈ ਇਹ ਬੇਸਿਕ ਚੀਜ਼ਾਂ ਸਾਨੂੰ ਇਹਦੇ ਵਿੱਚ ਕੋਈ ਲੈਂਗੁਏਜ ਨਹੀਂ ਮੈਟਰ ਕਰਨਾ ਚਾਹੀਦਾ ਤੁਹਾਨੂੰ ਆਉਣਾ ਚਾਹੀਦਾ ਇਹ ਚੀਜ਼ ਠੀਕ ਆ ਤਾਂ ਤੁਸੀਂ ਕੀ ਕਹਿੰਦਾ ਏ ਬੀ ਸੀ ਜਿਹੜੀ ਤੁਹਾਡੇ ਕੋਲ ਟ੍ਰਾਇੰਗਲ ਆ ਜਿਹੜੀ ਤਿਕੋਣ ਹੈ ਉਹਦੇ ਵਿੱਚ ਪਹਿਲਾਂ ਫਾਰਮੂਲਾ ਲਾਉਣਾ ਤਿਕੋਣ ਦੇ ਖੇਤਰਫਲ ਦਾ ਫਿਰ ਉਸ ਤੋਂ ਬਾਅਦ ਏ ਸੀ ਡੀ ਦੇ ਵਿੱਚ ਲਗਾ ਲੈਣਾ ਲਗਾ ਲਿਆ ਤੁਹਾਡੇ ਕੋਲ ਦੋਨੋਂ ਏਰੀਆਜ਼ ਆ ਜਾਣਗੇ ਠੀਕ ਹੈ ਜੀ ਦੋਨੇ ਏਰੀਆਜ਼ ਦਾ ਕੀ ਕਰ ਲਓ ਸਮ ਕਰ ਲਓ ਸਮ ਕਰਕੇ ਤੁਸੀਂ ਦੇਖੋਗੇ ਕਿ ਕਿਹੜਾ ਆਂਸਰ ਤੁਹਾਡੇ ਕੋਲ ਕੁਛ ਆਂਸਰ ਨੰਬਰ 1, 2, 3, 4 ਕਿਹਦੇ ਨਾਲ ਮੈਚ ਕਰਦਾ ਪਿਆ ਠੀਕ ਹੈ ਤੋ ਇੱਕ ਚਤੁਰਭੁਜ ਦਾ ਇੱਕ ਕੁਆਡਰੀਲੇਟਰਲ ਦਾ ਜਿਹੜਾ ਏਰੀਆ ਹੈ ਉਹ ਕਿੱਦਾਂ ਕੱਢਾਂਗੇ ਅਸੀਂ ਵਿਦ ਦਾ ਹੈਲਪ ਆਫ ਕਿਹੜੇ ਹੈਲਪ ਦੇ ਨਾਲ ਕੱਢਾਂਗੇ ਏਰੀਆ ਟ੍ਰਾਇੰਗਲ ਦੀ ਹੈਲਪ ਨਾਲ ਠੀਕ ਹੈ ਜੀ ਇੱਕ ਤਿਕੋਣ ਦੇ ਖੇਤਰਫਲ ਦੇ ਹੈਲਪ ਦੇ ਨਾਲ ਇਹਨੂੰ ਕੱਢਾਂਗੇ ਹੁਣ ਜੇਕਰ ਤੁਸੀਂ ਆਪਣੇ ਪੇਪਰ ਨੂੰ ਧਿਆਨ ਨਾਲ ਵੇਖਿਆ ਹੋਗਾ ਜਿਹੜਾ ਅਵੇਲੇਬਲ ਆ ਤੁਹਾਡੇ ਕੋਲੇ ਰਾਈਟ ਇਹਦੇ ਵਿੱਚ ਜਿਹੜਾ ਤੁਹਾਡੇ ਕੋਲੇ ਫਿਰ ਮੁੜ ਕੇ ਜਿਹੜਾ ਕੁਐਸਚਨ ਨੰਬਰ 4 ਆਉਂਦਾ ਪਿਆ ਠੀਕ ਕੁਐਸਚਨ ਨੰਬਰ 1 ਠੀਕ ਹੈ ਤੇ ਕੁਐਸਚਨ ਨੰਬਰ 4 ਇਹ ਆਪਸ ਦੇ ਵਿੱਚ ਜਮਾਂ ਹੀ ਮਿਲਦੇ ਆ ਬਿਲਕੁਲ ਬਿਲਕੁਲ ਸੇਮ ਕੁਐਸਚਨ ਆ ਇਹਦਾ ਮਤਲਬ ਤੁਸੀਂ 7.3 ਦੇ ਜਿੱਥੇ ਜਿੰਨੇ ਵੀ ਫਸਟ ਪਾਰਟ ਦੇ ਜਿੰਨੇ ਵੀ ਕੁਐਸਚਨਸ ਅਵੇਲੇਬਲ ਆ ਉਹਨਾਂ ਸਾਰਿਆਂ ਨੂੰ ਬਹੁਤ ਵਾਰੀ ਕੱਢ ਕੇ ਦੇਖੋਗੇ ਬਹੁਤ ਵਾਰੀ ਕੱਢਣ ਦੇ ਨਾਲ ਇੱਕ ਤਾਂ ਤੁਹਾਡੀ ਗਲਤੀ ਦੀ ਗੁੰਜਾਇਸ਼ ਘੱਟ ਜੂਗੀ ਠੀਕ ਹੈ ਨਾ ਪਲੱਸ ਮਾਈਨਸ ਦੀ ਗੁੰਜਾਇਸ਼ ਘੱਟ ਜੂਗੀ ਤੁਹਾਡੀ ਗਲਤੀ ਹੋ ਸਕਦੀ ਆ ਉਹ ਨਹੀਂ ਹੋਊਗੀ ਦੂਸਰਾ ਤੁਹਾਡੀ ਸਪੀਡ ਬਣੂਗੀ ਆ ਜਾ ਹੁਣ ਕੁਐਸਚਨ ਨੰਬਰ 2 ਤੇ ਇੱਕ ਤਿਕੋਣ ਦੇ ਸਿਖਰ 4.5 1.3 6.7 ਹਨ ਤਿਕੋਣ ਦਾ ਖੇਤਰਫਲ ਪਤਾ ਕਰੋ ਦ ਵਰਟਿਸਿਸ ਆਫ ਦ ਟ੍ਰਾਇੰਗਲ ਆਰ 4.5 1.3 6.7 ਫਾਈਂਡ ਦਾ ਏਰੀਆ ਆਫ ਟ੍ਰਾਇੰਗਲ ਤੋ ਫਿਰ ਏਰੀਆ ਆਫ ਟ੍ਰਾਇੰਗਲ ਆ ਹੁਣ ਸਿੱਧਾ ਏਰੀਆ ਆਫ ਟ੍ਰਾਇੰਗਲ ਪੁੱਛ ਲਿਆ ਯੂ ਨੋ ਦਾ ਏਰੀਆ ਆਫ ਟ੍ਰਾਇੰਗਲ ਕੀ ਹੈ ਦਾ ਫਾਰਮੂਲਾ 1/2 ਇੰਟੂ x1 ਇੰਟੂ y2 ਮਾਈਨਸ y3 ਪਲੱਸ x2 ਇੰਟੂ y3 ਮਾਈਨਸ y1 ਪਲੱਸ x3 ਇੰਟੂ y1 ਮਾਈਨਸ y2 ਠੀਕ ਹੈ ਜੀ ਤੋ ਤੁਹਾਡੇ ਕੋਲ ਜਿਹੜੀ ਟ੍ਰਾਇੰਗਲ ਦਿੱਤੀ ਹੋਈ ਹੈ ਤੁਸੀਂ ਉਹਨੂੰ ਆਪਣੇ ਮਾਈਂਡ ਦੇ ਵਿੱਚ ਠੀਕ ਹੈ ਵਧੀਆ ਢੰਗ ਦੇ ਨਾਲ ਫਾਰਮੂਲਾ ਆਪਣੇ ਦਿਮਾਗ ਦੇ ਵਿੱਚ ਸੈੱਟ ਰੱਖਣਾ ਯਾਦ ਰੱਖਣਾ ਏ ਨੂੰ ਮੰਨ ਲਓ 4.5 ਬੀ ਨੂੰ ਮੰਨ ਲਓ 1.3 ਔਰ ਸੀ ਨੂੰ ਕਿੰਨਾ ਮੰਨ ਲਓ 6.7 ਮੰਨ ਲਿਆ ਠੀਕ ਹੈ ਜੀ ਤੋ ਏ ਤੁਹਾਡੇ ਕੋਲ ਅਲਟੀਮੇਟਲੀ ਐਕਸ 1 ਵਾਈ 1 ਬੀ ਐਕਸ 2 ਵਾਈ 2 ਔਰ ਸੀ ਐਕਸ 3 ਵਾਈ 3 ਹੋ ਗਿਆ ਇਸ ਇਹਦੇ ਵਿੱਚ ਵੈਲਿਊ ਪੁੱਟ ਕਰੋ ਆਂਸਰ ਕੱਢੋ ਜਿੰਨਾ ਆਂਸਰ ਆਊਗਾ ਉਹ ਹੀ ਇੱਥੇ ਕਿਸੇ ਨਾ ਕਿਤੇ ਮੌਜੂਦ ਹੋਊਗਾ ਹੁਣ ਅਸੀਂ ਦੇਖੋ ਕੁਐਸਚਨ ਨੰਬਰ 2 ਕੀਤਾ ਹੁਣ ਜੇ ਤੁਸੀਂ ਪੇਪਰ ਨੂੰ ਧਿਆਨ ਨਾਲ ਦੇਖੋਗੇ ਠੀਕ ਆ ਤੋ ਜਿਹੜਾ ਤੁਹਾਡੇ ਕੋਲ ਕੁਐਸਚਨ ਨੰਬਰ ਹੈ 5th ਠੀਕ ਹੈ ਜੀ ਕੁਐਸਚਨ ਨੰਬਰ 5th ਕੁਐਸਚਨ ਨੰਬਰ 2nd ਹੈ ਕੁਐਸਚਨ ਨੰਬਰ 5th ਹੈ ਤੇ ਨਾਲ ਦੀ ਨਾਲ ਇੱਕ ਤੁਹਾਡੇ ਕੋਲ ਹੈਗਾ ਐਂਡ ਦੇ ਵਿੱਚ ਕੁਐਸਚਨ ਨੰਬਰ 8 ਇਹ ਆਪਸ ਬਿਲਕੁਲ ਸੇਮ ਕੁਐਸਚਨ ਹੈ ਇਹਦਾ ਮਤਲਬ ਟ੍ਰਾਇੰਗਲ ਆਫ ਏਰੀਆ ਠੀਕ ਹੈ ਨਾ ਏਰੀਆ ਆਫ ਟ੍ਰਾਇੰਗਲ ਸੋਰੀ ਏਰੀਆ ਆਫ ਟ੍ਰਾਇੰਗਲ ਦੇ ਜਿੰਨੇ ਵੀ ਕੁਐਸਚਨ ਅਵੇਲੇਬਲ ਹੈ ਤੁਹਾਡੇ ਕੋਲ ਤੁਹਾਡੀ ਬੁੱਕ ਦੇ ਵਿੱਚ ਉਹਨਾਂ ਸਾਰਿਆਂ ਨੂੰ ਵਧੀਆ ਤਰੀਕੇ ਦੇ ਨਾਲ ਕੱਢੋ ਤਾਂ ਆਪਣੀ ਪ੍ਰੈਕਟਿਸ ਕਰੋ ਠੀਕ ਹੈ
ਪ੍ਰੈਕਟਿਸ ਕਰਨ ਦੇ ਨਾਲ ਨਾ ਜਿਹੜੀ ਮਾੜੀ ਮੋਟੀ ਗਲਤੀ ਦੀ ਗੁੰਜਾਇਸ਼ ਹੈ ਨਾ ਉਹ ਘੱਟ ਜਾਣੀ ਠੀਕ ਔਰ ਤੁਹਾਨੂੰ ਇੱਕ ਤੁਹਾਡੀ ਸਪੀਡ ਬਣ ਜਾਣੀ ਔਰ ਤੁਹਾਡਾ ਆਨਸਰ ਤੁਸੀਂ ਫਟਾਫਟ ਲਾ ਲੈਣਾ ਠੀਕ ਹੈ ਜੀ ਤੋ ਤੁਸੀਂ ਦੇਖਦੇ ਪਏ ਹੋ ਕੁਸ਼ਚਨ ਨੰਬਰ ਫਸਟ ਸੈਕਿੰਡ ਆਪਣਾ ਫੋਰਥ ਫਿਫਥ ਅਤੇ ਏਟਥ ਆਪਸ ਮੈਚ ਕਰਦੇ ਆ ਉਸ ਤੋਂ ਬਾਅਦ ਆਓ ਜੀ ਕੁਸ਼ਚਨ ਨੰਬਰ ਥਰਡ ਕਹਿੰਦਾ ਪਿਆ ਤੁਹਾਡੇ ਕੋਲ ਚਾਰ ਬਿੰਦੂ ਕਿਹੜੇ ਕਿਹੜੇ ਪੀ ਕਿਊ ਆਰ ਐੱਸ ਨਾਲ ਉਹਨਾਂ ਨੇ ਉਹਦੇ ਨਿਰਦੇਸ਼ਾਂਕ ਦਿੱਤੇ ਹੋਏ ਮਤਲਬ ਕੋਆਰਡੀਨੇਟਸ ਦਿੱਤੇ ਹੋਏ ਤੁਹਾਨੂੰ ਠੀਕ ਹੈ ਜੀ ਕਹਿੰਦਾ ਦੱਸੋ ਜੀ ਇਹਨਾਂ ਵਿੱਚੋਂ ਕਿਹੜਾ ਦੂਜੀ ਚੌਥਾਈ ਵਿੱਚ ਹੈ ਤੁਹਾਨੂੰ ਸਾਰਿਆਂ ਨੂੰ ਕਾਰਟੀਜ਼ੀਅਨ ਪਲੇਨ ਬਣਾਉਣਾ ਆਉਂਦਾ ਹੈ ਨਾ ਤੋ ਤੁਹਾਨੂੰ ਕਾਰਟੀਜ਼ੀਅਨ ਪਲੇਨ ਮਤਲਬ ਕਾਰਟੀਜ਼ੀਅਨ ਸਮਤਲ ਬਣਾਉਣਾ ਆਉਂਦਾ ਇੱਧਰ ਤੁਸੀਂ ਐਕਸ ਲੈਂਦੇ ਇੱਧਰ ਤੁਸੀਂ ਵਾਈ ਲੈਂਦੇ ਤੁਸੀਂ ਕਹਿੰਦੇ ਐਕਸ ਐਕਸਿਸ ਹੈ ਵਾਈ ਐਕਸਿਸ ਔਰ ਤੁਹਾਨੂੰ ਪਤਾ ਹੈ ਪਹਿਲੀ ਚੌਥਾਈ ਇਹ ਦੂਜੀ ਚੌਥਾਈ ਇਹ ਤੀਜੀ ਚੌਥਾਈ ਇਹ ਚੌਥੀ ਚੌਥਾਈ ਫਸਟ ਕੁਆਡਰੈਂਟ ਸੈਕਿੰਡ ਥਰਡ ਐਂਡ ਫੋਰਥ ਕੁਆਡਰੈਂਟ ਹੈ ਨਾ ਹੁਣ ਸੈਕਿੰਡ ਕੁਆਡਰੈਂਟ ਦੀ ਗੱਲ ਕਰਦੇ ਹਾਂ ਸੈਕਿੰਡ ਕੁਆਡਰੈਂਟ ਦੇ ਵਿੱਚ ਜਿਹੜਾ ਐਕਸ ਹੁੰਦਾ ਉਹ ਮਾਈਨਸ ਹੁੰਦਾ ਵਾਈ ਕਿਹੜਾ ਹੁੰਦਾ ਜਮ੍ਹਾਂ ਦਾ ਹੁੰਦਾ ਕਿਉਂਕਿ ਉਹਨੇ ਇੱਥੇ ਦੂਜਾ ਕੁਆਡਰੈਂਟ ਸੈਕਿੰਡ ਕੁਆਡਰੈਂਟ ਹੀ ਪੁੱਛਿਆ ਨਾ ਦੂਜੀ ਚੌਥਾਈ ਪੁੱਛੀ ਹੋਈ ਤਾਂ ਦੇਖਦੇ ਹਾਂ ਅਸੀਂ ਕਿੱਥੇ ਐਕਸ ਦੀ ਵੈਲਿਊ ਨੈਗੇਟਿਵ ਹੈ ਅਤੇ ਵਾਈ ਦੀ ਵੈਲਿਊ ਪੋਜ਼ਿਟਿਵ ਹੈ ਤਾਂ ਜਦੋਂ ਅਸੀਂ ਨਾ ਸਾਰਿਆਂ 'ਤੇ ਧਿਆਨ ਨਾਲ ਨਜ਼ਰ ਮਾਰੀ ਤਾਂ ਸਾਨੂੰ ਜਿਹੜਾ ਪਹਿਲਾ ਪੀ ਹੈ ਉਹਦੇ ਵਿੱਚ ਮਾਈਨਸ ਟੂ ਅਤੇ ਟੂ ਦਿਖਦਾ ਪਿਆ ਇਹਦਾ ਮਤਲਬ ਇਹ ਐਕਸ ਦੀ ਵੈਲਿਊ ਨੈਗੇਟਿਵ ਹੈ ਵਾਈ ਦੀ ਵੈਲਿਊ ਪੋਜ਼ਿਟਿਵ ਹੈ ਤਾਂ ਮਤਲਬ ਪੀ ਹੈ ਸੈਕਿੰਡ ਕੁਆਡਰੈਂਟ 'ਚ ਪਿਆ ਹੁਣ ਬਾਈ ਚਾਂਸ ਤੁਹਾਨੂੰ ਸਾਰਿਆਂ ਦਾ ਪੁੱਛਿਆ ਹੁੰਦਾ ਹੁਣ ਕਿਊ ਦੇਖਿਓ ਕਿਊ ਦੇ ਵਿੱਚ ਐਕਸ ਦੀ ਵੈਲਿਊ ਪੋਜ਼ਿਟਿਵ ਹੈ ਵਾਈ ਦੀ ਵੈਲਿਊ ਨੈਗੇਟਿਵ ਹੈ ਹੁਣ ਸਾਰੇ ਕੁਆਡਰੈਂਟ ਦਾ ਤੁਹਾਨੂੰ ਪਤਾ ਹੈ ਫਸਟ ਕੁਆਡਰੈਂਟ ਦੇ ਵਿੱਚ ਦੋਨੋਂ ਐਕਸ ਅਤੇ ਵਾਈ ਕੀ ਹੁੰਦੇ ਨੇ ਪੋਜ਼ਿਟਿਵ ਸੈਕਿੰਡ ਦੇ ਵਿੱਚ ਐਕਸ ਨੈਗੇਟਿਵ ਵਾਈ ਪੋਜ਼ਿਟਿਵ ਥਰਡ ਦੇ ਵਿੱਚ ਦੋਨੋਂ ਨੈਗੇਟਿਵ ਔਰ ਫੋਰਥ ਦੇ ਵਿੱਚ ਐਕਸ ਪੋਜ਼ਿਟਿਵ ਵਾਈ ਨੈਗੇਟਿਵ ਠੀਕ ਹੈ ਜੀ ਤੋ ਆਹ ਦੇਖੋ ਐਕਸ ਪੋਜ਼ਿਟਿਵ ਵਾਈ ਨੈਗੇਟਿਵ ਇਹਦਾ ਮਤਲਬ ਇਹ ਕਿਹੜੇ ਕੁਆਡਰੈਂਟ 'ਚ ਲਾਈ ਕਰਦਾ ਪਿਆ ਫੋਰਥ ਆਰ ਅਤੇ ਐਸ ਦੇ ਵਿੱਚ ਦੋਨੋਂ ਐਕਸ ਵਾਈ ਕੀ ਨੇ ਨੈਗੇਟਿਵ ਨੈਗੇਟਿਵ ਮਤਲਬ ਇਹ ਵੀ ਥਰਡ ਕੁਆਡਰੈਂਟ ਇਹ ਵੀ ਥਰਡ ਕੁਆਡਰੈਂਟ ਦੋਨੋਂ 'ਚ ਤੀਜੀ ਚੌਥਾਈ ਦੇ ਵਿੱਚ ਪਏ ਹੈ ਤੋ ਤੁਹਾਨੂੰ ਕੋਈ ਵੀ ਆ ਜਾਵੇ ਤੁਸੀਂ ਕਰਨਾ ਹੈ ਵਾਲਾ ਕੁਸ਼ਚਨ ਇਹ ਨਹੀਂ ਕਹਿਣਾ ਕਿ ਹਾਂਜੀ ਜੀ ਇਹ ਤਾਂ ਅਸੀਂ ਕੀਤਾ ਹੀ ਨਹੀਂ ਇਹ ਤਾਂ ਅਸੀਂ ਛੋਟੀ ਕਲਾਸ ਕੀਤਾ ਹੋਇਆ ਠੀਕ ਹੈ ਤੁਹਾਨੂੰ ਐਪਲੀਕੇਸ਼ਨ ਆ ਰਹੀ ਹੈ ਕਿ ਤੁਸੀਂ ਛੋਟੀ ਕਲਾਸ ਦੇ ਵਿੱਚ ਜੋ ਪੜ੍ਹਿਆ ਹੋਇਆ ਤੁਹਾਨੂੰ ਉਹ ਅਪਲਾਈ ਕਰਨਾ ਆਉਂਦਾ ਕਿ ਨਹੀਂ ਆਉਂਦਾ ਉਹਨੂੰ ਵਧੀਆ ਤਰੀਕੇ ਦੇ ਨਾਲ ਕਰਨਾ ਠੀਕ ਹੈ ਜੀ ਹੁਣ ਜਿਹੜਾ ਫੋਰਥ ਕੁਸ਼ਚਨ ਹੈ ਦੈਟ ਇਜ਼ ਅ ਰੈਪੀਟੇਸ਼ਨ ਆਫ ਕੁਸ਼ਚਨ ਨੰਬਰ ਫਸਟ ਚਤੁਰਭੁਜ ਦਾ ਖੇਤਰਫਲ ਪਤਾ ਕਰੋ ਹੈ ਨਾ ਮੈਨੂੰ ਪਤਾ ਤੁਸੀਂ ਇਹ ਕਰ ਲੈਣਾ ਉਸ ਤੋਂ ਬਾਅਦ ਜਿਹੜਾ ਕੁਸ਼ਚਨ ਨੰਬਰ ਫਿਫਥ ਹੈ ਉਹ ਰੈਪੀਟੇਸ਼ਨ ਹੈ ਕੁਸ਼ਚਨ ਨੰਬਰ ਸੈਕਿੰਡ ਦਾ ਤਿਕੋਣ ਦਾ ਖੇਤਰਫਲ ਪਤਾ ਕਰੋ ਫਾਰਮੂਲਾ ਵਧੀਆ ਤਰੀਕੇ ਦੇ ਨਾਲ ਯਾਦ ਕਰਨਾ ਠੀਕ ਹੈ ਜਿੰਨੀ ਵਾਰੀ ਤੁਸੀਂ ਲਿਖ ਕੇ ਦੇਖੋਗੇ ਉਨੀ ਵਾਰੀ ਤੁਹਾਡੀ ਕਲੈਰਿਟੀ ਹੋਊਗੀ ਉਸ ਤੋਂ ਬਾਅਦ ਆਓ ਜੀ ਤੁਹਾਡੇ ਕੋਲ ਜਿਹੜਾ ਹੈਗਾ ਕੁਸ਼ਚਨ ਨੰਬਰ ਫਿਫਥ ਸਿਕਸ ਸੋਰੀ ਬਿੰਦੂ ਤੁਹਾਡੇ ਕੋਲ ਹੈ ਏ 12.8 ਅਤੇ 4.16 ਨੂੰ ਮਿਲਾਉਣ ਵਾਲੇ ਰੇਖਾਖੰਡ ਦਾ ਮੱਧ ਬਿੰਦੂ ਪਤਾ ਕਰੋ ਫਾਈਂਡ ਦਾ ਮਿਡ ਪੁਆਇੰਟ ਆਫ ਦਾ ਲਾਈਨ ਸੈਗਮੈਂਟ ਜੁਆਇਨਿੰਗ ਪੁਆਇੰਟਸ ਏ ਐਂਡ ਬੀ ਓਕੇ ਮਿਡ ਪੁਆਇੰਟ ਹੈ ਤੁਹਾਡੇ ਕੋਲ ਪੁਆਇੰਟ ਏ ਹੈ ਇਹ ਤੁਹਾਡੇ ਕੋਲ ਪੁਆਇੰਟ ਬੀ ਆ ਰਾਈਟ ਤੁਹਾਡੇ ਕੋਲ ਏ ਦੇ ਕੋਆਰਡੀਨੇਟ ਦਿੱਤੇ ਹੋਏ ਕਿੰਨੇ ਦਿੱਤੇ ਹੋਏ ਤੁਹਾਡੇ ਕੋਲ 12.8 ਦੂਜੇ ਦੇ ਦਿੱਤੇ ਹੋਏ ਤੁਹਾਡੇ ਕੋਲ 4.16 ਰਾਈਟ ਹੁਣ ਕਹਿੰਦਾ ਪਿਆ ਕੀ ਕਰਨਾ ਤੁਸੀਂ ਇਹਨਾਂ ਨੂੰ ਮਿਲਾਉਣ ਵਾਲੇ ਰੇਖਾ ਖੰਡ ਦਾ ਮੱਧ ਬਿੰਦੂ ਅਸੀਂ ਕਹਿ ਲੈਂਦੇ ਹਾਂ ਲਓ ਜੀ ਪੀ ਹੈ ਮੱਧ ਬਿੰਦੂ ਹੁਣ ਤੁਹਾਨੂੰ ਪਤਾ ਹੈ ਮੱਧ ਬਿੰਦੂ ਜਦੋਂ ਮੱਧ ਬਿੰਦੂ ਵਾਲਾ ਆਇਆ ਨਾ ਤੁਹਾਡੇ ਦਿਮਾਗ 'ਚ ਇੱਕਦਮ ਸਟ੍ਰਾਈਕ ਕਰਨਾ ਓਕੇ ਤਾਂ 7.2 ਦਾ ਕੁਸ਼ਚਨ ਹੈ ਜਿੱਥੇ ਕਿਹੜਾ ਫਾਰਮੂਲਾ ਲੱਗਦਾ ਸੈਕਸ਼ਨ ਫਾਰਮੂਲਾ ਲੱਗਦਾ ਸੈਕਸ਼ਨ ਫਾਰਮੂਲੇ ਨੂੰ ਪੰਜਾਬੀ ਵਾਲੇ ਕੀ ਕਹਿੰਦੇ ਆ ਵਿਭਾਜਨ ਫਾਰਮੂਲਾ ਹੈ ਨਾ ਹੁਣ ਕਿਉਂਕਿ ਇਹ ਮੱਧ ਬਿੰਦੂ ਹੈ ਮੱਧ ਬਿੰਦੂ ਦੀ ਤੁਹਾਨੂੰ ਯਾਦ ਹੈ ਮੱਧ ਬਿੰਦੂ ਵਾਸਤੇ ਤੁਹਾਨੂੰ ਸਮਝਾਇਆ ਸੀ ਜਾਂ ਚੱਕਰ ਦਾ ਸਰਕਲ ਜਿਹੜਾ ਤੁਹਾਡੇ ਕੋਲ ਸਰਕਲ ਆ ਉਹਦਾ ਕੇਂਦਰ ਹੋਵੇ ਸੈਂਟਰ ਹੋਵੇ ਜਾਂ ਕਿਸੇ ਰੇਖਾਖੰਡ ਦਾ ਮੱਧ ਬਿੰਦੂ ਹੋਵੇ ਅਸੀਂ ਕਹਿ ਲੈਣਾ ਉਹ ਕਿੰਨੇ ਰੇਸ਼ੋ 'ਚ ਡਿਵਾਈਡ ਕਰਦਾ 1:1 ਰੇਸ਼ੋ 'ਚ ਡਿਵਾਈਡ ਕਰਦਾ 1:1 'ਚ ਡਿਵਾਈਡ ਕਰਦਾ ਤਾਂ ਇਸ ਪੀ ਦੇ ਕੋਆਰਡੀਨੇਟ ਐਕਸ ਕੋਮਾ ਵਾਈ ਕਿੱਦਾਂ ਕੱਢੇ ਜਾਂਦੇ ਆ ਤੁਹਾਨੂੰ ਪਤਾ ਐਕਸ ਕਿੱਦਾਂ ਕੱਢਿਆ ਜਾਂਦਾ ਫਿਰ ਤੁਸੀਂ ਕਹਿੰਦੇ ਹੋ x1+x2 ਡਿਵਾਈਡ ਬਾਈ 2 ਹੈ ਨਾ ਤਾਂ ਇਹਦਾ ਮਤਲਬ 12.4/2 ਕਿੰਨਾ ਆ ਗਿਆ 12.4 16/2 ਕੱਟ ਕਟਾ ਕੇ ਕਿੰਨਾ ਆ ਗਿਆ 8 ਅੱਛਾ ਜੀ ਉਸ ਤੋਂ ਬਾਅਦ ਹੁਣ ਇੱਕ ਵਾਰੀ ਜਰਾ ਇੱਧਰ ਵੀ ਨਜ਼ਰ ਮਾਰ ਲੈਂਦੇ ਜਿਹੜੀਆਂ ਆਪਸ਼ਨਸ ਹੈ ਆਪਸ਼ਨਸ ਦੇਖੋ ਤੁਹਾਡੇ ਕੋਲ ਐਕਸ ਦੀ ਵੈਲਿਊ 8 ਆ ਗਈ ਇੱਥੇ ਵੀ ਐਕਸ ਦੀ ਵੈਲਿਊ 8 ਹੈ ਇੱਥੇ ਵੀ ਐਕਸ ਦੀ ਵੈਲਿਊ 8 ਹੈ ਇਹਨਾਂ ਦੋਨਾਂ 'ਚ 8 ਹੈ ਨਹੀਂ ਮਤਲਬ ਦੋ ਆਪਸ਼ਨਸ ਤਾਂ ਘੱਟ ਗਈਆਂ ਹੁਣ ਵਾਈ ਦੀ ਵੈਲਿਊ ਕਿੱਦਾਂ ਕੱਢੂਗੇ ਉਹ ਵੀ ਕਿੱਦਾਂ ਹੋਊਗਾ y1+y2 ਤਾਂ ਕਿੰਨਾ ਮਤਲਬ 8+16 ਕਿੰਨਾ ਹੋ ਗਿਆ ਤੁਹਾਡੇ ਕੋਲ 24/2 'ਚ ਕਿੰਨਾ ਆ ਗਿਆ 2 m1+m2 ਹੈ ਨਾ ਤਾਂ ਕੱਟ ਕਟਾ ਕੇ ਕਿੰਨਾ ਆਨਸਰ ਆ ਗਿਆ ਤੁਹਾਡੇ ਕੋਲ 12 ਤਾਂ ਤੁਸੀਂ ਕਿਹੜਾ ਲੱਭਣਾ 8.12 ਤਾਂ ਦੇਖੋ 8.12 ਕਿੱਥੇ ਪਿਆ ਹੈ ਆਪਸ਼ਨ ਨੰਬਰ 1 'ਚ ਪਿਆ ਉਹਨੂੰ ਤੁਸੀਂ ਕੀ ਕਰ ਲੈਣਾ ਆਪਟ ਕਰ ਲੈਣਾ ਠੀਕ ਹੈ ਤੋ ਮਤਲਬ ਤੁਹਾਡੇ ਕੋਲ ਹੁਣ ਕਿਹਦਾ ਆਇਆ ਵਿਭਾਜਨ ਸੂਤਰ ਜਾਂ ਸੈਕਸ਼ਨ ਫਾਰਮੂਲਾ ਦੀ ਐਪਲੀਕੇਸ਼ਨ ਆਈ ਠੀਕ ਹੈ ਜੀ ਨੈਕਸਟ ਕੁਸ਼ਚਨ ਦੇਖੋ ਨੈਕਸਟ ਕੁਸ਼ਚਨ ਹੈ ਤੁਹਾਡੇ ਕੋਲ ਕੁਸ਼ਚਨ ਨੰਬਰ 7th ਕਹਿੰਦਾ ਪਿਆ ਤੁਹਾਡੇ ਕੋਲ ਬਿੰਦੂ ਦਿੱਤੇ ਹੋਏ ਏ ਅਤੇ ਬੀ ਉਹਨਾਂ ਵਿੱਚ ਕਾਲੀ ਦੂਰੀ ਪਤਾ ਕਰੋ ਡਿਸਟੈਂਸ ਬਿਟਵੀਨ ਏ ਐਂਡ ਬੀ ਯੂ ਨੋ ਜਿਹੜਾ ਡਿਸਟੈਂਸ ਹੈ ਏ ਬੀ ਉਹ ਕਿੱਦਾਂ ਫਾਈਂਡ ਕਰਦੇ ਡਿਸਟੈਂਸ ਫਾਰਮੂਲਾ ਦੇ ਨਾਲ ਜੋ ਕਿਹਦੇ ਬਰਾਬਰ ਹੁੰਦਾ ਹੁੰਦਾ x2-x1/2 y2-y1 ਠੀਕ ਹੈ ਜੀ ਜਦੋਂ ਤੁਸੀਂ ਹੁਣ ਕੀ ਕਰਨਾ ਦਿਸ ਇਜ਼ ਏ ਦਿਸ ਇਜ਼ ਬੀ ਤੁਸੀਂ ਦੋ ਪੁਆਇੰਟ ਲੈ ਲਏ ਏ ਬੀ ਹੈ ਨਾ ਇਹਨਾਂ ਨੂੰ ਕੀ ਕਰੋ ਜਦੋਂ ਇਹਨਾਂ ਨੂੰ ਤੁਸੀਂ ਆਪਸ ਮਿਲਾਇਆ ਏ ਦੇ ਕੋਆਰਡੀਨੇਟ ਕੀ ਸੀ ਏ ਦੇ ਨਿਰਦੇਸ਼ਾਂ ਕੀ ਸੀ ਦੇਖੋ ਧਿਆਨ ਦੇਣਾ ਤੁਹਾਡੇ ਕੋਲ 5-8 ਬੀ ਦੇ ਤੁਹਾਡੇ ਕੋਲ ਕਿੰਨੇ ਆ -2.3 ਠੀਕ ਹੈ ਜੀ ਤਾਂ ਜਦੋਂ ਤੁਸੀਂ ਇਹਨਾਂ ਦੇ ਵਿੱਚ ਵੈਲਿਊ ਫਾਈਂਡ ਕੀਤੀ ਇਸ ਫਾਰਮੂਲੇ ਦੇ ਨਾਲ ਠੀਕ ਤਾਂ ਤੁਸੀਂ
वैल्यू पुट करो ताड़े को ले कितना आ गया देखो एक्स टू कितना पे माइनस टू एक्स वन फिर माइनस फाइव ये स्केयर फिर इधरों की वाई टू थ्री माइनस माइनस प्लस अठ स्केयर ठीक है जी लो जो तुम इन सॉल्व किया कि बन गया ए माइनस दे दो माइनस दे पांच माइनस सत्त का स्केयर कि उणंजा जमा अठ जमा तीन ग्यारह ग्यारह का स्केयर कि होंगे को एक सौ इक्की चलो जी जोड़ लो कि हो गया नौ जमा एक दस एक आंसर सत्त ਤੁਹਾਡੇ ਕੋਲ ਆਂਸਰ ਆ ਗਿਆ 170 ਅੰਡਰ ਰੂਟ ਹੁਣ ਜਦੋਂ ਤੁਸੀਂ ਆਪਸ਼ਨਸ ਦੇਖੋਗੇ ਨਾ ਨੋ ਡਾਊਟ ਤੁਹਾਨੂੰ 170 ਦਿਖੂਗਾ ਇੱਥੇ ਪ੍ਰਿੰਟਿੰਗ ਮਿਸਟੇਕ ਆ ਮਾੜੀ ਜੀ ਤੁਸੀਂ ਇਹਨੂੰ ਅੰਡਰ ਰੂਟ ਦੇ ਵਿੱਚ ਲਿਖ ਸਕਦੇ ਆ ਠੀਕ ਹੈ ਜੀ ਤੁਸੀਂ ਆਪਣੇ ਪੇਪਰ 'ਤੇ ਇਹਨੂੰ ਸੈੱਟ ਕਰ ਲਿਓ ਤੁਹਾਨੂੰ ਜਿਹੜਾ ਕੁਐਸਚਨ ਪੇਪਰ ਆਊਗਾ ਉਹ ਕਰੈਕਟ ਆਊਗਾ ਇੱਥੇ ਬਾਈ ਚਾਂਸ ਪ੍ਰਿੰਟਿੰਗ ਮਿਸਟੇਕ ਹੋ ਗਈ ਹੋਈ ਅੰਡਰ ਰੂਟ 170 ਹੈ ਵਰਗਮੂਲ 170 ਹੈ ਤਾਂ ਤੁਹਾਡੇ ਕੋਲ ਇਹੀ ਤੁਹਾਡਾ ਕਰੈਕਟ ਆਂਸਰ ਹੈ ਠੀਕ ਹੈ ਜੀ ਲਓ ਨੈਕਸਟ ਕੁਐਸਚਨ ਦੇਖੋ ਨੈਕਸਟ ਕੁਐਸਚਨ ਤੁਹਾਡੇ ਕੋਲ ਕੁਐਸਚਨ ਨੰਬਰ 8 ਵਿਚ ਇਜ਼ ਅ ਰੈਪੀਟੀਸ਼ਨ ਆਫ ਕੁਐਸਚਨ ਨੰਬਰ 2 ਤਿਕੋਣ ਦਾ ਖੇਤਰਫਲ ਪਤਾ ਕਰਨਾ ਜੇਕਰ ਤੁਹਾਨੂੰ ਉਹਦੇ ਸਿਖਰ ਦਿੱਤੇ ਹੋਏ ਅੱਛਾ ਹੁਣ ਇਹ ਸਾਰੀਆਂ ਚੀਜ਼ਾਂ ਤਾਂ ਮੈਨੂੰ ਪਤਾ ਤੁਸੀਂ ਕਰ ਲੈਣੀਆਂ ਇੱਕ ਹੋਰ ਚੀਜ਼ ਤੁਸੀਂ ਵਧੀਆ ਤਰੀਕੇ ਦੇ ਨਾਲ ਯਾਦ ਰੱਖਿਓ ਕੀ ਤੁਹਾਨੂੰ ਯਾਦ ਹੈ ਇੱਕ ਇੱਥੇ ਇਹਦੇ ਵਿੱਚ ਕੁਐਸਚਨ ਹੈ ਸਮਰੇਖੀ ਤੁਹਾਡੇ ਕੋਲ ਕੁਐਸਚਨ ਹੈ ਕਿ ਕਦੋਂ ਤੁਹਾਡੇ ਕੋਲ ਜਿਹੜੇ ਬਿੰਦੂ ਨੇ ਉਹ ਸਮਰੇਖੀ ਹੁੰਦੇ ਨੇ ਕਦੋਂ ਬਿੰਦੂ ਤੁਹਾਡੇ ਕੋਲ ਕੀ ਹੁੰਦੇ ਨੇ ਸਮਰੇਖੀ ਤਾਂ ਕਦੋਂ ਬਿੰਦੂ ਸਮਰੇਖੀ ਹੁੰਦੇ ਨੇ 7.1 ਦੇ ਵਿੱਚ ਜਦੋਂ ਤੁਸੀਂ ਉਹ ਕੁਐਸਚਨ ਕੀਤਾ ਹੈ ਤਾਂ ਤੁਸੀਂ ਕੀ ਕਹਿੰਦੇ ਆ ਤੁਸੀਂ ਤੁਹਾਡੇ ਕੋਲ ਏ ਬੀ ਸੀ ਤਿੰਨ ਪੁਆਇੰਟ ਨੇ ਤੁਸੀਂ ਉਹਨਾਂ ਨੂੰ ਸਮਰੇਖੀ ਕਦੋਂ ਕਹਿੰਦੇ ਹੋ ਜਦੋਂ ਤੁਸੀਂ ਕਹਿੰਦੇ ਹੋ ਏ ਬੀ ਦੇ ਵਿੱਚ ਜੋ ਡਿਸਟੈਂਸ ਹੈ ਉਹੀ ਬੀ ਸੀ ਦੇ ਵਿੱਚ ਡਿਸਟੈਂਸ ਹੈ ਜਦੋਂ ਉਹੀ ਏ ਸੀ ਦੇ ਵਿੱਚ ਡਿਸਟੈਂਸ ਹੈ ਤੁਸੀਂ ਦੂਰੀ ਫਾਰਮੂਲੇ ਦੇ ਨਾਲ ਕੱਢਦੇ ਆ ਪਰ ਸੇਮ ਕੁਐਸਚਨ ਜਦੋਂ 7.3 ਦੇ ਵਿੱਚ ਆਉਂਦਾ ਕਿ ਦਿੱਤੇ ਹੋਏ ਬਿੰਦੂ ਸਮਰੇਖੀ ਹਨ ਕਿ ਨਹੀਂ ਜਿੱਦਾਂ ਹੁਣ ਮੈਂ ਕੁਐਸਚਨ ਨੰਬਰ ਸੈਕਿੰਡ 'ਚ ਇਹ ਪਾ ਦਾਂ ਕਿ ਇੱਕ ਤਿਕੋਣ ਦੇ ਸਿਖਰ ਤੁਹਾਡੇ ਕੋਲ ਏ ਏ ਹਨ ਪਤਾ ਕਰੋ ਕਿ ਇਹ ਬਿੰਦੂ ਸਮਰੇਖੀ ਹਨ ਕਿ ਨਹੀਂ ਤਾਂ ਤੁਸੀਂ ਕੀ ਕਰਦੇ ਹੁੰਦੇ ਉੱਥੇ ਤਿਕੋਣ ਦਾ ਖੇਤਰਫਲ ਕੱਢਦੇ ਹੁੰਦੇ ਜੇਕਰ ਤਿਕੋਣ ਦਾ ਖੇਤਰਫਲ ਤੁਹਾਡੇ ਕੋਲ ਕਿਹਦੇ ਬਰਾਬਰ ਆ ਜਾਏ ਜੀਰੋ ਦੇ ਬਰਾਬਰ ਆ ਜਾਏ ਤਾਂ ਤੁਸੀਂ ਕਹਿੰਦੇ ਆ ਕਿ ਬਿੰਦੂ ਸਮਰੇਖੀ ਹਨ ਤਾਂ ਖਿਆਲ ਰੱਖਣਾ ਜਦੋਂ ਤਿਕੋਣ ਦੇ ਵਿੱਚ ਤੁਹਾਨੂੰ ਬਿੰਦੂ ਸਮਰੇਖੀ ਪੁੱਛੇ ਹੋਣ ਤਾਂ ਤੁਸੀਂ ਉਹਦਾ ਖੇਤਰਫਲ ਜ਼ੀਰੋ ਕਰਨਾ ਜੇ ਤੁਹਾਨੂੰ ਸਿੰਪਲ ਤਿੰਨ ਬਿੰਦੂ ਦਿੱਤੇ ਹੋਣ ਤਾਂ ਪੁੱਛੇ ਹੋਣ ਕਿ ਸਮਰੇਖੀ ਹਨ ਨਹੀਂ ਹਨ ਤਾਂ ਤੁਸੀਂ ਉਹਦੇ 'ਚ 7.1 ਦੇ ਵਿੱਚ ਜਿਹੜਾ ਦੂਰੀ ਫਾਰਮੂਲਾ ਡਿਸਟੈਂਸ ਫਾਰਮੂਲਾ ਲੱਗਦਾ ਉਹ ਲਗਾਉਣਾ ਰਾਈਟ ਚਲੋ ਬਹੁਤ ਵਧੀਆ ਤਿਆਰੀ ਕਰੋ ਡਟ ਕੇ ਤਿਆਰੀ ਕਰੋ ਔਰ ਲਿਖ ਲਿਖ ਕੇ ਪ੍ਰੈਕਟਿਸ ਕਰੋ ਔਰ ਪੇਪਰ ਵੀ ਬਹੁਤ ਅੱਛਾ ਕਰੋ ਆਲ ਦਾ ਵੈਰੀ ਬੈਸਟ